ਭਾਜਪਾ ਲੀਡਰ ਦਾ ਵਿਰੋਧ ਕਰਨ ਆਏ ਕਿਸਾਨ ਆਗੂਆਂ ਦੇ ਨਾਲ ਅੱਜ ਮਾੜੀ ਹੋਈ। ਵਾਲਮੀਕਿ ਭਾਈਚਾਰਾ ਇਕੱਠਾ ਹੋ ਗਿਆ, ਜਿਨ੍ਹਾਂ ਨੇ ਪਿੰਡੋਂ ਵਿਰੋਧ ਕਰਦੇ ਕਿਸਾਨ ਆਗੂ ਭਜਾ ਦਿੱਤੇ। ਮੌਕੇ ਤੇ ਹਾਲਾਤ ਤਣਾਅਪੂਰਨ ਬਣੇ ਨੇ। ਦੱਸਦੇ ਕਿ ਭਾਜਪਾ ਆਗੂ ਗੇਜਾ ਰਾਮ ਪਿੰਡ ਕੌਂਕੇ ਕਲਾਂ ਹਲਕਾ ਜਗਰਾਓਂ ਦੇ ਵਿੱਚ ਮੀਟਿੰਗ ਕਰਨ ਆਏ ਸੀ। ਉਸ ਮੌਕੇ ਵਾਲਮੀਕਿ ਭਾਈਚਾਰਾ ਇੱਕ ਥਾਂ ਤੇ ਇਕੱਠਾ ਸੀ। ਇਹਨਾਂ ਨੂੰ ਕਿਸਾਨ ਆਗੂ ਆਏ, ਜਿਨ੍ਹਾਂ ਦੇ ਵੱਲੋਂ ਭਾਜਪਾ ਆਗੂ ਦਾ ਵਿਰੋਧ ਸ਼ੁਰੂ ਕੀਤਾ, ਸਵਾਲ ਜਵਾਬ ਕਰਨੇ ਸ਼ੁਰੂ ਕੀਤੇ, ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ, ਤਾਂ ਰੋਹ ਦੇ ਵਿੱਚ ਵਾਲਮੀਕਿ ਭਾਈਚਾਰਾ ਆ ਗਿਆ, ਜਿਨ੍ਹਾਂ ਨੇ ਇਕੱਠੇ ਹੋ ਕੇ ਪਿੰਡ ਤੋਂ ਕਿਸਾਨ ਨੇ ਜਿਹੜੇ ਉਹ ਭਜਾ ਦਿੱਤੇ ਨੇ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਹਿਸਬਾਜ਼ੀ ਹੋਈ, ਹਾਲਾਤ ਤਣਾਅਪੂਰਨ ਬਣੇ ਨੇ। ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੰਡ ਕੌਂਕੇ ਕਲਾਂ ਦੀਆਂ, ਹਲਕਾ ਜਗਰਾਓਂ ਦੇ ਵਿੱਚ ਚੱਲਦੀ ਮੀਟਿੰਗ ਦੇ ਵਿੱਚ ਕਿਸਾਨ ਆਗੂ ਪਹੁੰਚ ਗਏ, ਜਿਨ੍ਹਾਂ ਦੇ ਵੱਲੋਂ ਨਾਅਰੇਬਾਜ਼ੀ ਕੀਤੀ ਗਈ, ਤਾਂ ਵਾਲਮੀਕਿ ਭਾਈਚਾਰਾ ਇਕੱਠਾ ਹੋ ਗਿਆ, ਜਿਨ੍ਹਾਂ ਨੇ ਰੋਸ ਕਰਦੇ ਕਿਸਾਨ ਆਗੂਆਂ ਨੂੰ ਪੁੱਠੇ ਪੈਰੀ ਪਿੰਡੋਂ ਭਜਾ ਦਿੱਤਾ। ਆਓ ਇੱਕ ਵਾਰ ਪੂਰੀਆਂ ਤਸਵੀਰਾਂ ਦੇਖੋ। ਭਾਜਪਾ ਲੀਡਰ ਦਾ ਵਿਰੋਧ ਕਰਨ ਆਏ ਕਿਸਾਨ ਆਗੂਆਂ ਦੇ ਨਾਲ ਅੱਜ ਮਾੜੀ ਹੋਈ। ਵਾਲਮੀਕਿ ਭਾਈਚਾਰਾ ਇਕੱਠਾ ਹੋ ਗਿਆ, ਜਿਨ੍ਹਾਂ ਨੇ ਪਿੰਡੋਂ ਵਿਰੋਧ ਕਰਦੇ ਕਿਸਾਨ ਆਗੂ ਭਜਾ ਦਿੱਤੇ। ਮੌਕੇ ਤੇ ਹਾਲਾਤ ਤਣਾਅਪੂਰਨ ਬਣੇ ਨੇ। ਦੱਸਦੇ ਕਿ ਭਾਜਪਾ ਆਗੂ ਗੇਜਾ ਰਾਮ ਪਿੰਡ ਕੌਂਕੇ ਕਲਾਂ ਹਲਕਾ ਜਗਰਾਓਂ ਦੇ ਵਿੱਚ ਮੀਟਿੰਗ ਕਰਨ ਆਏ ਸੀ। ਉਸ ਮੌਕੇ ਵਾਲਮੀਕਿ ਭਾਈਚਾਰਾ ਇੱਕ ਥਾਂ ਤੇ ਇਕੱਠਾ ਸੀ। ਇਹਨਾਂ ਨੂੰ ਕਿਸਾਨ ਆਗੂ ਆਏ, ਜਿਨ੍ਹਾਂ ਦੇ ਵੱਲੋਂ ਭਾਜਪਾ ਆਗੂ ਦਾ ਵਿਰੋਧ ਸ਼ੁਰੂ ਕੀਤਾ, ਸਵਾਲ ਜਵਾਬ ਕਰਨੇ ਸ਼ੁਰੂ ਕੀਤੇ, ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ, ਤਾਂ ਰੋਹ ਦੇ ਵਿੱਚ ਵਾਲਮੀਕਿ ਭਾਈਚਾਰਾ ਆ ਗਿਆ, ਜਿਨ੍ਹਾਂ ਨੇ ਇਕੱਠੇ ਹੋ ਕੇ ਪਿੰਡ ਤੋਂ ਕਿਸਾਨ ਨੇ ਜਿਹੜੇ ਉਹ ਭਜਾ ਦਿੱਤੇ ਨੇ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਹਿਸਬਾਜ਼ੀ ਹੋਈ, ਹਾਲਾਤ ਤਣਾਅਪੂਰਨ ਬਣੇ ਨੇ। ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੰਡ ਕੌਂਕੇ ਕਲਾਂ ਦੀਆਂ, ਹਲਕਾ ਜਗਰਾਓਂ ਦੇ ਵਿੱਚ ਚੱਲਦੀ ਮੀਟਿੰਗ ਦੇ ਵਿੱਚ ਕਿਸਾਨ ਆਗੂ ਪਹੁੰਚ ਗਏ, ਜਿਨ੍ਹਾਂ ਦੇ ਵੱਲੋਂ ਨਾਅਰੇਬਾਜ਼ੀ ਕੀਤੀ ਗਈ, ਤਾਂ ਵਾਲਮੀਕਿ ਭਾਈਚਾਰਾ ਇਕੱਠਾ ਹੋ ਗਿਆ, ਜਿਨ੍ਹਾਂ ਨੇ ਰੋਸ ਕਰਦੇ ਕਿਸਾਨ ਆਗੂਆਂ ਨੂੰ ਪੁੱਠੇ ਪੈਰੀ ਪਿੰਡੋਂ ਭਜਾ ਦਿੱਤਾ। ਆਓ ਇੱਕ ਵਾਰ ਪੂਰੀਆਂ ਤਸਵੀਰਾਂ ਦੇਖੋ। ਭਾਜਪਾ ਲੀਡਰ ਦਾ ਵਿਰੋਧ ਕਰਨ ਆਏ ਕਿਸਾਨ ਆਗੂਆਂ ਦੇ ਨਾਲ ਅੱਜ ਮਾੜੀ ਹੋਈ। ਵਾਲਮੀਕਿ ਭਾਈਚਾਰਾ ਇਕੱਠਾ ਹੋ ਗਿਆ, ਜਿਨ੍ਹਾਂ ਨੇ ਪਿੰਡੋਂ ਵਿਰੋਧ ਕਰਦੇ ਕਿਸਾਨ ਆਗੂ ਭਜਾ ਦਿੱਤੇ। ਮੌਕੇ ਤੇ ਹਾਲਾਤ ਤਣਾਅਪੂਰਨ ਬਣੇ ਨੇ। ਦੱਸਦੇ ਕਿ ਭਾਜਪਾ ਆਗੂ ਗੇਜਾ ਰਾਮ ਪਿੰਡ ਕੌਂਕੇ ਕਲਾਂ ਹਲਕਾ ਜਗਰਾਓਂ ਦੇ ਵਿੱਚ ਮੀਟਿੰਗ ਕਰਨ ਆਏ ਸੀ। ਉਸ ਮੌਕੇ ਵਾਲਮੀਕਿ ਭਾਈਚਾਰਾ ਇੱਕ ਥਾਂ ਤੇ ਇਕੱਠਾ ਸੀ। ਇਹਨਾਂ ਨੂੰ ਕਿਸਾਨ ਆਗੂ ਆਏ, ਜਿਨ੍ਹਾਂ ਦੇ ਵੱਲੋਂ ਭਾਜਪਾ ਆਗੂ ਦਾ ਵਿਰੋਧ ਸ਼ੁਰੂ ਕੀਤਾ, ਸਵਾਲ ਜਵਾਬ ਕਰਨੇ ਸ਼ੁਰੂ ਕੀਤੇ, ਘੇਰਾ ਪਾਉਣ ਦੀ ਕੋਸ਼ਿਸ਼ ਕੀਤੀ, ਤਾਂ ਰੋਹ ਦੇ ਵਿੱਚ ਵਾਲਮੀਕਿ ਭਾਈਚਾਰਾ ਆ ਗਿਆ, ਜਿਨ੍ਹਾਂ ਨੇ ਇਕੱਠੇ ਹੋ ਕੇ ਪਿੰਡ ਤੋਂ ਕਿਸਾਨ ਨੇ ਜਿਹੜੇ ਉਹ ਭਜਾ ਦਿੱਤੇ ਨੇ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਹਿਸਬਾਜ਼ੀ ਹੋਈ, ਹਾਲਾਤ ਤਣਾਅਪੂਰਨ ਬਣੇ ਨੇ। ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੰਡ ਕੌਂਕੇ ਕਲਾਂ ਦੀਆਂ, ਹਲਕਾ ਜਗਰਾਓਂ ਦੇ ਵਿੱਚ ਚੱਲਦੀ ਮੀਟਿੰਗ ਦੇ ਵਿੱਚ ਕਿਸਾਨ ਆਗੂ ਪਹੁੰਚ ਗਏ, ਜਿਨ੍ਹਾਂ ਦੇ ਵੱਲੋਂ ਨਾਅਰੇਬਾਜ਼ੀ ਕੀਤੀ ਗਈ, ਤਾਂ ਵਾਲਮੀਕਿ ਭਾਈਚਾਰਾ ਇਕੱਠਾ ਹੋ ਗਿਆ, ਜਿਨ੍ਹਾਂ ਨੇ ਰੋਸ ਕਰਦੇ ਕਿਸਾਨ ਆਗੂਆਂ ਨੂੰ ਪੁੱਠੇ ਪੈਰੀ ਪਿੰਡੋਂ ਭਜਾ ਦਿੱਤਾ। ਆਓ ਇੱਕ ਵਾਰ ਪੂਰੀਆਂ ਤਸਵੀਰਾਂ ਦੇਖੋ।